ਮੈਂ ਸ਼ਾਮ ਨੂੰ ਬਾਜ਼ਾਰ ਚ ਮੈਂ ਆਪਦੀ ਮੰਮੀ ਤੋਂ ਪੈਸੇ ਲੈ ਕੇ ਸ਼ਲਟ ਲੈਣ ਗਿਆ ਸੀ ਆਪਦੇ ਵੱਡੇ ਭਰਾ ਕੋਲੇ, ਜਿਹੜੇ ਸੇਖੇ ਫਾਟਕ ਆ ਬਰਨਾਲੇ ਦੇ। ਉੱਥੇ ਚਾਰ ਪੰਜ ਮੁੰਡੇ ਬੈਠੇ ਸੀ, ਉਹ ਪਤਾ ਨੀ ਨੀਚੇ ਸਿਰ ਦੇ ਪੇਪਰ ਰੱਖ ਕੇ ਪਤਾ ਨੀ ਕੀ ਕਰੀ ਜਾਂਦੇ ਸੀ, ਅੱਗ ਉੱਗ ਜਿਹੀ ਲਾਈ ਜਾਂਦੇ ਸੀ, ਸੁੱਗੀ ਜਾਂਦੇ ਸੀ। ਉਹਨਾਂ ਨੇ ਟੀ ਸ਼ਰਟ ਪਰਾ ਮਾਰੀ ਚਲਾ ਕੇ ਤੇ ਮੈਨੂੰ ਫੜ ਲਿਆ। ਮੇਰੇ ਕੋਲ 300-400 ਰੁਪਇਆ ਸੀਗਾ, ਮੇਰੀ ਜੇਬ ਚੋਂ ਕੱਢ ਲਿਆ ਤੇ ਮੈਨੂੰ ਕੁੱਟਿਆ। ਬਾਅਦ ਚੋਂ ਫੜ ਕੇ ਉਹਨਾਂ ਕੋਲ ਕਰਚਾ ਸੀਗੀਆਂ ਤੇ ਉਹਨਾਂ ਨੇ ਮਾਰਿਆ ਤੇ ਮੇਰੇ ਬਾਲ ਪਤਾ ਨੀ ਉਹਨਾਂ ਨੇ ਕਿਵੇਂ ਵੱਢ ਤੇ। ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ, ਜਿੱਥੇ ਪਟਿਆਲਾ ਰਾਜਪੁਰਾ ਰੋਡ ਤੇ ਪੈਂਦੇ ਟੋਲ ਪਲਾਜ਼ਾ ਤੇ ਗੋਲੀਆਂ ਚੱਲੀਆਂ ਨੇ। ਜੀ ਹਾਂ, ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਪੂਰਾ ਮਾਮਲਾ ਵੀ ਤੁਹਾਨੂੰ ਦੱਸ ਦਈਏ ਕਿ ਕੱਲ ਰਾਤ ਕਰੀਬ 12 ਵਜੇ ਇੱਕ ਗੱਡੀ ਜੋ ਪਟਿਆਲੇ ਤੋਂ ਰਾਜਪੁਰੇ ਵੱਲ ਜਾ ਰਹੀ ਸੀ, ਜਦੋਂ ਟੋਲ ਪਲਾਜ਼ੇ ਤੇ ਪਹੁੰਚਦੀ ਹੈ ਤਾਂ ਅੱਗੇ ਦੋ ਗੱਡੀਆਂ ਟੋਲ ਕਟਾਉਣ ਲਈ ਖੜੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਕੁਝ ਸਮਾਂ ਲੱਗ ਜਾਂਦਾ ਹੈ, ਜਿਸ ਤੋਂ ਬਾਅਦ ਇੱਕ ਨੌਜਵਾਨ ਗੱਡੀ ਤੋਂ ਉਤਰਦਾ ਹੈ ਤੇ ਉਥੇ ਹੰਗਾਮਾ ਕਰਦਾ ਹੈ। ਦੱਸਦੀ ਕਿ ਨੌਜਵਾਨ ਗੱਡੀ ਦੇ ਉਤਰ ਤੇ ਸਾਰੀ ਟੋਲ ਪਲਾਜ਼ੇ ਦੇ ਕਰਮਚਾਰੀਆਂ ਨਾਲ ਬਹਿਸ ਕਰਨ ਲੱਗ ਜਾਂਦਾ ਹੈ ਕਿ ਮੈਨੂੰ ਜਲਦੀ ਭੇਜੋ, ਮੈਂ ਮੁਲਾਜ਼ਮ ਹਾਂ। ਦਿਨ ਦਿਹਾੜੇ ਇੱਕ ਔਰਤ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਦੇ ਵੱਲੋਂ ਇਸ ਘਿਨੌਣੀ ਕਰਤੂਤ ਨੂੰ ਅੰਜਾਮ ਦਿੱਤਾ ਗਿਆ। ਸਰ, ਮੈਂ ਆਪਣੇ ਬੇਟੇ ਨੂੰ ਛੱਡ ਕੇ ਮੰਡੀ ਸਟੈਂਡ, ਮੇਰੀ ਨਨਦ ਰਹਿੰਦੀ ਹੈ, ਉਹਦੇ ਛੱਡ ਕੇ ਤੇ ਮੈਂ ਵਾਪਸ ਕੋਈ 3:30-4 ਦੇ ਕਰੀਬ ਆਉਂਦੀ ਪਈ ਹਾਂ ਵਾਪਸ। ਬ੍ਰਿਟ ਕਲਾਸ ਦਾ ਜਿਹੜਾ ਗੇਟ ਹੈ ਫਤਲਵਾਈ ਦੀ ਬੈਕ ਸਾਈਡ, ਸਰ ਉੱਥੇ ਨਾ ਦੋ ਮੁੰਡੇ ਬਾਈਕ ਤੇ ਆਉਂਦੇ ਪਏ ਸੀ, ਪਿੱਛੇ ਹੀ ਜਾਂਦੇ ਪਏ ਮੇਰੇ ਤੇ। ਉਹ ਕਹਿੰਦੇ ਮੈਡਮ ਤੁਹਾਡੀ ਸਕੂਟੀ ਦਾ ਨੰਬਰ ਪਲੇਟ ਡਿੱਗੀ ਹੈ। ਮੈਂ ਸਰ ਜਿੱਦਾਂ ਥੋੜ੍ਹਾ ਕੁ ਟਰਨ ਸਲੋ ਕਰਕੇ ਟਰਨ ਕੀਤਾ ਸਰ, ਮੇਰੇ ਨਾਲ ਉਹ ਮੇਰਾ ਪਰਸ ਖਿੱਚਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਪਰਸ ਨੂੰ ਮੈਂ ਕਾਫੀ ਦੇਰ ਹੋਲਡਿੰਗ ਕਰਕੇ ਰੱਖਿਆ, ਚੀਕਾਂ ਮਾਰੀਆਂ, ਲੇਕਿਨ ਉਸ ਟਾਈਮ ਕੋਈ ਹੈ ਨਹੀਂ ਸੀ ਉੱਥੇ। ਸਵੇਰੇ 3 ਵਜੇ ਚੋਰ ਆਇਆ ਪਿਛਲੀ ਗਲੀ ਚੋਂ, ਪਰ ਨਾਲੇ ਸਾਨੂੰ ਚੜਿਆ ਜੀ, ਫੇਰ ਮੇਰੇ ਘਰੇ ਵੜਿਆ। ਅਸੀਂ ਬਾਹਰ ਸੌਣ ਡੇ ਕਮਰਿਆਂ ਦੇ, ਕਿ ਮੇਰਾ ਸਮਾਨ ਲੈ ਗਏ, 4 ਫੋਨ ਲੈ ਗਏ, 9,000 ਰੁਪਇਆ ਲੈ ਗਏ, ਮੈਨੂੰ ਰਿਕਵਰੀ ਮਿਲੇ। 3 ਦਿਨ ਹੋ ਗਏ ਮੇਰੇ ਬੱਚੇ ਨੀ ਅਰਮਾਨ ਨਾਲ ਸੋ ਰਹੇ ਗੇ, ਮੇਰੀ ਵਾਈਫ ਨੀ ਸੋ ਰਹੀ, ਮੈਂ ਆਪ ਨੀ ਸੋ ਰਿਹਾ ਗਾ। ਵੀ ਚੋਰਾਂ ਦੇ ਕੋਲ ਵੀ ਕੋਈ ਨਾ ਕੋਈ ਹਥਿਆਰ ਤਾਂ ਹੁੰਦਾ ਹੀ ਹੈ, ਕੱਲ ਨੂੰ ਆ ਕੇ ਮੇਰੇ ਬੱਚਿਆਂ ਤੇ ਹਮਲਾ ਕਰਦੇ ਕੋਈ।